ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਅੱਜ ਦੀ ਵੀਡੀਓ 'ਚ ਬਹੁਤ ਸਾਰੀਆਂ ਅਲੱਗ-ਅਲੱਗ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਇਹ ਗਵਰਨਮੈਂਟ ਜੌਬ ਹੈ ਜਿਸ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਵੈਕੈਂਸੀਜ਼ ਦੇ ਲਈ ਅਲੱਗ-ਅਲੱਗ ਕੁਆਲੀਫੀਕੇਸ਼ਨ ਵਾਲੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੋਣ ਜਾ ਰਹੇ ਨੇ ਕਿੱਦਾਂ ਅਪਲਾਈ ਹੋਏਗਾ ਕੀ ਪ੍ਰੋਸੈਸ ਰਹੇਗਾ ਐਲੀਜੀਬਿਲਿਟੀ ਕੀ ਰਹੇਗੀ ਕਿੱਦਾਂ ਅਪਲਾਈ ਕਰਨਾ ਹੈ ਫੀਸ ਕਿੱਥੇ ਫੀਲ ਕਰਨ ਆ ਰਿਹਾ ਹਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ ਉਹਦੇ ਨਾਲ ਹਰ ਇੱਕ ਰਿਕਰੂਟਮੈਂਟ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਪਾਉਗੇ ਬਹੁਤ ਸਾਰੇ ਇਦਾਂ ਦੀਆਂ ਵੈਕੈਂਸੀਸ ਹੁੰਦੀਆਂ ਨੇ ਜਿਹੜੀਆਂ ਕਿ ਆਊਟ ਤਾਂ ਹੋ ਜਾਂਦੀਆਂ ਨੇ ਲੇਕਿਨ ਉਹਨਾਂ ਲਈ ਜੌਬ ਅਪਡੇਟ ਜਿਹੜੇ ਨੇ ਉਹ ਨਹੀਂ ਮਿਲ ਪਾਉਂਦੇ ਨੇ ਸੋ ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਨਵੇਂ-ਨਵੇਂ ਵੈਕੈਂਸੀਸ ਲੈ ਕੇ ਆਂਦਾ ਹੀ ਰਵਾਂਗਾ ਸੋ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਨਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਗਰ ਫਸਟ ਟਾਈਮ ਤੁਸੀਂ ਸਾ recruitment related updates ਨਵੇਂ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤੇ ਤੁਸੀਂ ਸਮਾਂ ਰਾਂਦੇ ਇਹਦੇ ਲਈ ਅਪਲਾਈ ਵੀ ਕਰ ਪਾਉਗੇ एलिजिਬਿਲਟੀ ਤੋਂ ਲੈ ਕੇ ਅਪਲਾਈ ਕਰਨ ਦੇ ਲਿੰਕ ਤੱਕ ਹਰ ਇੱਕ ਇਨਫੋਰਮੇਸ਼ਨ ਅਸੀਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਣੇ ਆ ਜੀ ਇਸ ਦੇ ਨਾਲ ਤੁਹਾਨੂੰ ਦੱਸਣਾ ਚਾਹਵਾਂਗਾ ਅਗਰ ਤੁਸੀਂ ਹਰ ਛੋਟੇ ਛੋਟਾ ਜੌਬ ਰਿਲੇਟਡ ਅਪਡੇਟ ਜਾਂ ਜੌਬ ਦੇ ਬਾਰੇ ਵਿੱਚ ਕੋਈ ਵੀ ਅਪਡੇਟ ਆੰਦੇ ਨੇ ਜਿੱਦਾਂ ਕਿ ਐਗਜ਼ਾਮੀਨੇਸ਼ਨ ਹੋਗੇ ਐਡਮਿਟ ਕਾਰਡ ਹੋਗੇ ਜਾਂ ਰਿਜ਼ਲਟ ਹੋ ਗਿਆ ਸੋ ਹਰ ਇੱਕ ਤਰ੍ਹਾਂ ਦੇ ਨਿਊ ਅਪਡੇਟ ਜਿਹੜੇ ਨੇ ਅਸੀਂ ਆਪਣੀ ਵੈਬਸਾਈਟ ਤੇ ਕਰਦੇ ਹੀ ਰਹਿੰਦੇ ਆ ਜਿਹਨੂੰ ਤੁਸੀਂ ਲੈ ਸਕਦੇ ਹੋ ਸਾਡੀ ਵੈਬਸਾਈਟ www.clori.com ਤੋਂ ਜਾ ਕੇ ਚੈੱਕ ਕਰਕੇ ਬਹੁਤ ਸਾਰੀ ਵੈਕੈਂਸੀਜ਼ ਆਊਟ ਹੋ ਚੁੱਕੀਆਂ ਨੇ ਜਿਨ੍ਹਾਂ ਲਈ ਅਪਡੇਟ ਅਸੀਂ ਪਾਉਂਦੇ ਹੀ ਰਹਿੰਦੇ ਹਾਂ ਤੁਸੀਂ ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਮੈਂ ਤੁਹਾਨੂੰ ਲਈ ਹਰ ਵਾਰ ਦੀ ਤਰ੍ਹਾਂ ਨਵੇਂ ਨਵੇਂ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਉਂਦਾ ਹੀ ਰਵਾਂਗਾ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਵੀ ਅਪਲਾਈ ਕਰ ਰਹੇ ਹੋ ਔਰ ਉਹਦੇ ਲਈ ਤੁਸੀਂ ਰਿਜ਼ਲਟ ਜਿਹੜਾ ਦੇਖਣਾ ਚਾਹੁੰਦੇ ਹੋ ਵਧੀਆ ਤਾਂ ਕਿ ਤੁਹਾਡੀ ਪ੍ਰੈਪਰੇਸ਼ਨ ਪ੍ਰੋਪਰ ਹੋ ਸਕੇ ਤੇ ਉਹਦੇ ਲਈ ਤੁਸੀਂ ਸਿੰਪਲੀ ਡਾਊਨਲੋਡ ਕਰ ਸਕਦੇ ਹੋ ਜਿਹੜਾ ਕਿ ਅਸੀਂ ਥਾਰੇ ਇੱਕ ਤਰ੍ਹਾਂ ਦੇ ਤੁਹਾਨੂੰ ਅਪਡੇਟ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੇ ਤੁਸੀਂ ਉੱਥੋਂ ਆਪਣਾ ਡਾਊਨਲੋਡ ਕਰਕੇ ਸਟੱਡੀ ਮਟੀਰੀਅਲ ਆਪਣੀ ਤਿਆਰੀ ਜ ਤੇ ਉੱਥੇ ਜਾ ਕੇ ਸਾਰੀ ਜਾਣਕਾਰੀ ਦੇਣਾ ਹੈ ਕਿਹੜੀ ਕਿਹੜੀ ਰਿਕਰੂਟਮੈਂਟ ਜਿਹੜੀ ਉਹ ਆਊਟ ਕੀਤੀ ਗਈ ਹੈ ਸਭ ਤੋਂ ਪਹਿਲਾਂ ਅਸੀਂ ਆਜੂ ਕੀ ਹੈ ਜੀ ਨੋਟੀਫਿਕੇਸ਼ਨ ਦੇ ਇਹ ਨੋਟੀਫਿਕੇਸ਼ਨ ਰਿਲੀਜ਼ ਕੀਤਾ ਗਿਆ ਵਿਧਾਨ ਸਭਾ ਦੇ ਵੱਲੋਂ ਜਿਸ ਦੇ ਲਈ 올 ਇੰਡੀਆ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਹੁੰਦੇ ਨੇ ਮੇਲ ਐਂਡ ਫੀਮੇਲ ਅਕ੍ਰਾਸ ਇੰਡੀਆ ਤੋਂ ਜਿਹੜੇ ਨੇ ਉਹ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਸੈਲਰੀ ਦੀ ਅਗਰ ਮੈਂ ਗੱਲ ਕਰਾਂ 9300 ਤੋਂ ਲੈ ਕੇ 34800 ਪਲੱਸ 2200 ਗ੍ਰੇਡ 'ਤੇ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਸ ਦੇ ਵਿੱਚ ਨੋਟੀਫਿਕੇਸ਼ਨ ਜਿਹੜੀ ਹੈ ਜੀ ਡੇਟ ਉਹ 1 ਅਕਤੂਬਰ 2021 ਰਿਲੀਜ਼ ਕੀਤਾ ਗਿਆ ਹੈ ਮਤ ਚਨ ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਾ ਹੈ 30 ਅਕਤੂਬਰ 2021 ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਫੀ ਪੇਮੈਂਟ ਦੀ ਲਾਸਟ ਡੇਟ ਹੈ 1 ਨਵੰਬਰ 2021 ਹੈ ਜੀ ਉਹ ਰਹੇਗੀ ਇਸ ਦੇ ਵਿੱਚ ਮੇਲ ਤੇ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਵੈਕੈਂਸੀ ਵਰਗੋਂ ਦੀ ਸੈਲਰੀ ਦੀ ਗੱਲ ਕਰੀਏ ਸਭ ਤੋਂ ਪਹਿਲੀ ਵੈਕੈਂਸੀ ਜੀ ਐਡਮਿਨਿਸਟਰेटर ਦੀ ਹੈ ਜਿਸ ਦੇ ਵਿੱਚ 9300 ਤੋਂ ਲੈ ਕੇ 34800 ਪਲੱਸ 2800 ਗ੍ਰੇਡ 'ਤੇ ਜਿਹੜੀ ਹੈ ਜੇ ਤੁਹਾਨੂੰ ਇਸ ਦੇ ਵਿੱਚ ਮਿਲਣ ਵਾਲੀ ਹੈ ਨੈਕਸਟ ਪੋਸਟ ਹੈ ਜੀ ਕੰਪਿਊਟਰ ਆਪਰੇਟਰ ਦੀ ਇਸ ਦੇ ਵਿੱਚ 5200 ਰੁਪਏ ਤੋਂ ਲੈ ਕੇ ਤੁਹਾਡੀ 20200 ਪਲੱਸ 2800 ਗ੍ਰੇਡ 'ਤੇ ਜਿਹੜੀ ਹੈ ਜੀ ਇਹ ਚ ਮੰਗੀ ਗਈ ਹੈ ਪਰਸਨਲ ਸੈਕਟਰੀ ਦੀ ਨੈਕਸਟ ਪੋਸਟ ਹੈ ਜਿਸ ਦੇ ਲਈ 9300 ਤੋਂ ਲੈ ਕੇ 34800 ਤੁਹਾਡੀ ਸੈਲਰੀ ਰਹੇਗੀ ਪਲੱਸ ਤੁਹਾਨੂੰ ਇਹਦੇ ਵਿੱਚ 2800 ਰੁਪਿਆ ਗ੍ਰੇਡ ਪੇ ਵੀ ਦਿੱਤਾ ਜਾਏਗਾ ਨੈਕਸਟ ਪੋਸਟ ਹੈ ਕੰਪਿਊਟਰ ਅਸਿਸਟੈਂਟ ਦੀ 5200 ਤੋਂ ਲੈ ਕੇ 20200 ਪਲੱਸ 2600 ਤੁਹਾਨੂੰ ਜਿਹੜਾ ਜੀ ਗ੍ਰੇਡ ਪੇ ਇਸ ਦੇ ਵਿੱਚ ਦਿੱਤਾ ਜਾਏਗਾ ਨੈਕਸਟ ਪੋਸਟ ਹੈ ਅਕਾਊਂਟੈਂਟ ਦੀ 9300 ਤੋਂ ਲੈ ਕੇ 34800 ਪਲੱਸ 2600 ਗ੍ਰੇਡ ਪੇ ਤੁਹਾਨੂੰ ਜਿਹੜਾ ਜੀ ਇੱਥੇ ਮਿਲਣ ਵਾਲਾ ਹੈ ਜੀ ਰਿਪੋਰਟਰ ਦੀ ਨੈਕਸਟ ਪੋਸਟ ਹੈ ਜਿਸ ਦੇ ਵਿੱਚ 15600 ਤੋਂ ਲੈ ਕੇ 39100 ਤੁਹਾਡੀ ਸੈਲਰੀ ਰਹ ਗ੍ਰੇਡ 'ਤੇ ਜਿਹੜਾ ਜੀ ਇੱਚ ਦਿੱਤਾ ਜਾਣਾ ਹੈ ਨੈਕਸਟ ਪੋਸਟ ਦੀ ਮੈਂ ਗੱਲ ਕਰਾਂ ਤਾਂ ਅਸਿਸਟੈਂਟ ਅਕਾਊਂਟੈਂਟ ਦੀ ਹੈ ਜੀ ਜਿਸ ਦੇ ਵਿੱਚ 5200 ਤੋਂ ਲੈ ਕੇ 20200 ਤੁਹਾਡੀ ਸੈਲਰੀ ਪਲੱਸ 2800 ਤੁਹਾਨੂੰ ਜਿਹੜਾ ਜੀ ਗ੍ਰੇਡ 'ਤੇ ਦਿੱਤਾ ਜਾਏਗਾ ਸਿਕਿਉਰਿਟੀ ਆਫੀਸਰ ਦੀ 9300 ਤੋਂ ਲੈ ਕੇ 34800 ਪਲੱਸ 2800 ਗ੍ਰੇਡ 'ਤੇ ਜਿਹੜਾ ਹੈ ਜੀ ਉਹ ਰਹਿਣ ਵਾਲਾ ਹੈ ਅਸਿਸਟੈਂਟ ਸਿਕਿਉਰਿਟੀ ਆਫੀਸਰ ਦੀ 9300 ਤੋਂ ਲੈ ਕੇ 34800 ਪਲੱਸ 2800 ਤੁਹਾਨੂੰ ਗ੍ਰੇਡ 'ਤੇ ਜਿਹੜਾ ਦਿੱਤਾ ਜਾਏਗਾ ਗਾਰਡ ਮੇਲ ਐਂਡ ਫੀਮੇਲ ਦੀ 5200 ਤੋਂ ਲੈ ਕੇ 20200 ਪਲੱਸ 28 ਤਾਂ ਇਸ ਦੇ ਵਿੱਚ ਡਰਾਈਵਰ ਦੀ ਪੋਸਟ ਆਊਟ ਹੋਈ ਹੈ ਜੀ ਜਿਸ ਦੇ ਵਿੱਚ 5200 ਤੋਂ ਲੈ ਕੇ 20200 ਤੁਹਾਡੀ ਸੈਲਰੀ ਹੈ ਔਰ ਪਲੱਸ 2800 ਤੁਹਾਨੂੰ ਗ੍ਰੇਡ ਭੇਜ ਦਿੱਤਾ ਜਾਏਗਾ ਸੋ ਅਲੱਗ-ਅਲੱਗ ਵੈਕੈਂਸੀ ਨੇ ਤੁਸੀਂ ਦੇਖ ਹੀ ਪਾ ਰਹੇ ਹੋ ਜੀ ਕੁਆਲਿਫੀਕੇਸ਼ਨ ਦੀ ਵੀ ਗੱਲ ਕਰੀਏ ਟਰੇਡ ਦੀ ਵੀ ਗੱਲ ਕਰੀਏ ਅਲੱਗ-ਅਲੱਗ ਜਿਹੜੀ ਇਹ ਚ ਮੰਗੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਸੈਲਰੀ ਜਿਹੜੀ ਹੈ ਜੀ ਤੁਹਾਡੀ ਇਹ ਚ ਰਹਿਣ ਵਾਲੀ ਹੈ ਮਤਲਬ 40000 ਤੱਕ ਚੱਲ ਰਹੀ ਹੈ 5200 ਤੋਂ ਸਟਾਰਟਿੰਗ ਹੋ ਕੇ ਏਜ ਲਿਮਿਟ ਦੀ ਗੱਲ ਕਰਾਂ ਤਾਂ 18 ਤੋਂ ਲੈ ਕੇ 42 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਉਹ ਐ ਦਿੱਤਾ ਜਾਏਗਾ ਇਹ ਜਿਹੜੇ ਰਿਜ਼ਰਵ ਕੈਟਾਗਰੀ ਤੋਂ ਬਿਲੋਂਗ ਕਰਦੇ ਨੇ ਉਹ ਕੈਂਡੀਡੇਟ ਦੇ ਲਈ ਅਲੱਗ ਤੋਂ ਜਿਹੜੇ ਜੀ ਰਿਲੀਫ ਰੈਲੈਕਸੇਸ਼ਨ ਦਿੱਤਾ ਜਾਏਗਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਕੁਆਲਿਫਿਕੇਸ਼ਨ ਦੀ ਗੱਲ ਕਰਾਂ ਤਾਂ 10th 12th ਐਂਡ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਨੇ ਐਲੀਜੀਬਲ ਨੇ ਪੋਸਟ ਵਾਈਜ਼ ਕੁਆਲਿਫਿਕੇਸ਼ਨ ਚੈੱਕ ਕਰਨ ਦੇ ਲਈ ਤੁਸੀਂ ਸਿੰਪਲੀ ਜਾ ਕੇ ਨੋਟੀਫਿਕੇਸ਼ਨ ਨੂੰ ਇੱਕ ਵਾਰੀ ਡਾਊਨਲੋਡ ਕਰ ਲਵੋ ਤੇ ਉੱਥੋਂ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਇਸ ਦੇ ਵਿੱਚ ਤਾਂ ਰਿਟਨ ਐਗਜ਼ਾਮ ਹੋਏਗਾ ਦੈਨ ਤੁਹਾਡਾ ਇੰਟਰਵਿਊ ਹੋਏਗਾ ਔਰ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਹੋਏਗੀ ਹੁਣ ਇਸ ਦੇ ਵਿੱਚ ਕੁਝ ਇੱਕ ਪੋਸਟਾਂ ਨੇ ਜਿਨ੍ਹਾਂ ਦੇ ਲਈ ਸਿਰਫ ਇੰਟਰਵਿਊ ਹੋ ਸਕਦਾ ਹੈ ਡਾਕੂਮੈਂਟ ਵੈਰੀਫਿਕੇਸ਼ਨ ਹੋ ਸਕਦੀ ਹੈ ਸੋ ਉਹਦੇ ਲਈ ਤੁਸੀਂ ਖੁਦ ਚੈੱਕ ਕਰ ਲੈਣਾ ਕਿਹੜੀ ਕਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਉਹਦੇ ਲਈ ਨੋਟੀਫਿਕੇਸ਼ਨ ਵੀ ਦਿੱਤਾ ਹੋਇਆ ਹੈ ਤੁਸੀਂ ਡਾਇਰੈਕਟ ਡਾਊਨਲੋਡ ਵੀ ਕਰ ਸਕਦੇ ਹੋ ਜੀ ਐਪਲੀਕੇਸ਼ਨ ਫੀਸ ਦੀ ਗੱਲ ਕਰਾਂ ਜਨਰਲ ਅਤੇ OBC ਕੈਂਡੀਡੇਟ ਨੂੰ 975 ਰੁਪਏ ਪੇ ਕਰਨੇ ਪੈਣਗੇ ਤੇ ਉਸ ਤੋਂ ਬਾਅਦ SC ST ਕੈਂਡੀਡੇਟ ਨੂੰ 875 ਰੁਪਏ ਪੇ ਕਰਨੇ ਪੈਣਗੇ ਜੀ PWD ਕੈਂਡੀਡੇਟ ਜਿਹੜੇ ਨੇ ਉਹਨਾਂ ਨੂੰ 150 ਰੁਪਿਆ ਪੇ ਕਰਨਾ ਹੋਏਗਾ ਸੋ ਇਸ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਨਲਾਈਨ ਹੀ ਤੁਸੀਂ ਇਹਦੇ ਲਈ ਜਿਹੜਾ ਹੈ ਜੀ ਉਹ ਫੀ ਪੇਮੈਂਟ ਕਰਨੀ ਹੈ ਅਗਰ ਫੀ ਪੇਮੈਂਟ ਆਨਲਾਈਨ ਹੈ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਦੇ थ्रू ਤੁਸੀਂ ਕਰ ਸਕਦੇ ਹੋ ਜੀ ट्रांजैक्शन ਆਈਡੀ ਨੋਟ ਕਰਕੇ ਰੱਖ ਲੈਣੀ ਜਦੋਂ ਵੀ ਪੇਮੈਂਟ ਕਰਦੇ ਹੋ ਤਾਂ ਕਿ ਫਿਊਚਰ ਰੈਫਰੈਂਸ ਲਈ ਅਗਰ ਕਿਸੇ ਤਰ੍ਹਾਂ ਦੀ ਕੋਈ ਡਿਸਕ੍ਰੀਪੈਂਸੀ ਹੁੰਦੀ ਹੈ ਤਾਂ ਤੁਸੀਂ ਆਪਣੇ ਐਸ ਅ ਪ੍ਰੂਫ ਜਿਹੜਾ ਹੈ ਜੀ ਉਹਨਾਂ ਨੂੰ ਦਿਖਾ ਸਕੋ ਨੈਕਸਟ ਗੱਲ ਕਰਦੇ ਹਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਲਿੰਕ ਜਿਹੜਾ ਹੈ ਜੀ ਉਹ ਅਪਲਾਈ ਕਰਦਾ ਹੈ ਸ ਅਪਲਾਈ ਕਰਨ ਦੇ ਲਈ ਸਿੰਪਲ ਜਿਹਾ ਪ੍ਰੋਸੈਸ ਹੈ ਜੀ ਤੁਸੀਂ ਜਿੱਦਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਪਹੁੰਚੋਗੇ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰ ਲਓਗੇ ਕਿਉਂਕਿ ਫਸਟ ਟਾਈਮ ਅਗਰ ਤੁਸੀਂ ਕਿਸੇ ਵੀ ਵੈਬਸਾਈਟ ਤੇ ਜਾਂਦੇ ਹੋ ਉਹਦੇ ਲਈ ਅਪਲਾਈ ਕਰਨ ਲਈ ਤੁਹਾਨੂੰ ਰਜਿਸਟ੍ਰੇਸ਼ਨ ਕਰਨੀ ਜ਼ਰੂਰੀ ਹੈ ਜਿਸ ਦੇ ਵਿੱਚ ਤੁਹਾਡੀ ਈਮੇਲ ਆਈਡੀ ਤੁਹਾਡਾ ਮੋਬਾਈਲ ਨੰਬਰ ਤੇ ਤੁਹਾਡਾ ਨਾਮ ਜਿਹੜਾ ਹੈ ਜੀ ਉਹ ਆਂਦਾ ਹੈ ਸੋ ਉਹਦੇ ਥਰੂ ਤੁਸੀਂ ਜਿਹੜੀ ਰਜਿਸਟ੍ਰੇਸ਼ਨ ਕਰ ਲੈਣੀ ਹੈ ਪਹਿਲਾਂ ਰਜਿਸਟ੍ਰੇਸ਼ਨ ਕੰਪਲੀਟ ਕਰ ਲੈਣ ਤੋਂ ਬਾਅਦ ਸੈਕਿੰਡ ਸਟੈਪ ਦੇ ਵਿੱਚ ਲੌਗਇਨ ਕਰਨਾ ਹੈ ਲੌਗਇਨ ਕਰਕੇ ਆਪਣੀ ਸਾਰੀ ਰਿਕੁਆਇਰਡ ਡੀਟੇਲ ਜੋ ਕਿ ਇੱਕ ਐਪਲੀ ਉਹ ਦੇ ਅਕੋਰਡਿੰਗਲੀ ਅਪਲੋਡ ਕਰ ਲੈਣ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਫਾਰਮ ਸਬਮਿਟ ਕਰ ਲੈਣਾ ਹੈ ਤੇ ਜਿਹੜਾ ਰੈਫਰੈਂਸ ਨੰਬਰ ਜਨਰੇਟ ਹੋਏਗਾ ਮਤਲਬ ਐਪਲੀਕੇਸ਼ਨ ਨੰਬਰ ਜਿਹੜਾ ਜਨਰੇਟ ਹੋਏਗਾ ਉਹ ਤੁਸੀਂ ਆਪਣੇ ਕੋਲ ਨੋਟ ਡਾਉਨ ਸਕਰੀਨਸ਼ਾਟ ਜਾਂ ਪ੍ਰਿੰਟ ਆਊਟ ਕਰਕੇ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਫਰਦਰ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਕੀਤੀ ਜਾਏਗੀ ਰਿਟਰਨ ਐਗਜ਼ਾਮ ਦੇ ਰਿਲੇਟਡ ਸੋ ਨੈਕਸਟ ਵਾਰਸਸ ਤੁਹਾਨੂੰ ਦੱਸ ਚੁੱਕਾ ਰਿਟਰਨ ਐਗਜ਼ਾਮ ਹੋਏਗਾ ਇੰਟਰਵਿਊ ਹੋਏਗਾ ਦਨ ਤੋੜੀ ਡਾਕੂਮੈਂਟ ਸਰਵਿਸ ਵੈਰੀਫਿਕੇਸ਼ਨ ਹੋਏਗੀ ਸੋ ਇਹ ਨੋਟੀਫਿਕੇਸ਼ਨ ਹੈ ਜੀ ਜਿਹੜਾ ਆਊਟ ਕੀਤਾ ਗਿਆ ਹੈ ਜੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤੇ ਨੇ ਇਸ ਪੋਸਟ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲਿਆ ਹੋਇਆ ਸਿਮਪਲੀ ਤੁਸੀਂ ਜਾ ਕੇ ਜਿਹੜਾ ਜੀ ਚੈੱਕ ਆ ਸਕਦੇ ਹੋ ਇੰਟਰਫੇਸ ਮੈਂ ਤੁਹਾਨੂੰ ਦਿਖਾਈ ਚੁੱਕਾ ਕਿੱਥੋਂ ਕੀ ਮਿਲੇਗਾ ਜਲਦੀ ਨਾਲ ਜਾ ਕੇ ਚੈੱਕ ਕਰਕੇ ਅਪਲਾਈ ਕਰ ਲਵੋ ਫਿਰ ਵੀ ਕੋਈ ਦਿੱਕਤ ਆਵੇ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਲਈ ਹਰ ਤਰ੍ਹਾਂ ਦੇ ਨੋਟੀਫਿਕੇਸ਼ਨ ਲੈ ਕੇ ਆਂਦਾ ਹੀ ਰਵਾਂਗਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ